ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪੰਜਾਬੀ ਸਟਾਈਲ ਕੜੀ ਜਿਹੜੀ ਕਿ ਸਾਰਿਆਂ ਨੂੰ ਪਸੰਦ ਹੈ ਤਾਂ ਆਓ ਫਿਰ ਆਪਾਂ ਵੇਖੀਏ ਪੰਜਾਬੀ ਸਟਾਈਲ ਕੜੀ ਬਣਾਉਣ ਵਾਸਤੇ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਕੜੀ ਬਣਾਉਣ ਵਾਸਤੇ ਆਪਾਂ ਨੇ ਲਈ ਹੈ ਇਹ ਲੱਸੀ ਤੇ ਜਿੰਨੀ ਜ਼ਰੂਰਤ ਪਊਗੀ ਪਾਣੀ ਵੀ ਆਪਾਂ ਲਵਾਂਗੇ ਨਾਲ ਬਣਾਉਂਗੀ ਮੈਂ ਜੀਓ ਕਨੋਲਾ ਆਇਲ ਦੇ ਵਿੱਚ ਤੇ ਇੱਕ ਕਟੋਰੀ ਬੇਸਨ ਲੈ ਲਿਆ ਇਹ ਲਿਆ ਆਪਾਂ ਜੀਰਾ ਧਨੀਆ ਤੇ ਥੋੜਾ ਜਿਹਾ ਮੇਥੀ ਦਾਣਾ ਤੇ ਵਿੱਚ ਪਾਵਾਂਗੇ ਆਪਾਂ ਹਰੀਆਂ ਮਤਲਬ ਹੈ ਇਹ ਫਰੈਸ਼ ਮਿਰਚਾਂ ਹੀ ਦੂਸਰੀਆਂ ਸੁੱਕੀਆਂ ਨਹੀਂ ਹੈਗੀਆਂ ਗਿਆ ਹਰੀਆਂ ਵੀ ਸਾਡੇ ਲਾਲ ਲੱਗੀਆਂ ਮੈਂ ਉਹ ਪਾ ਰਹੀ ਹਾਂ ਦੋ ਟਮਾਟਰ ਕਿਉਂਕਿ ਲੱਸੀ ਥੋੜੀ ਜਿਹੀ ਘੱਟ ਖੱਟੀ ਹੈ ਥੋੜਾ ਜਿਹਾ ਲਸਣ ਥੋੜਾ ਜਿਹਾ ਅਦਰਕ ਥੋੜਾ ਜਿਹਾ ਨਹੀਂ ਜ਼ਿਆਦਾ ਮਾਤਰਾ ਦੇ ਵਿੱਚ ਹੀ ਮੈਂ ਪਾਉਂਦੀ ਹੁੰਦੀ ਲਸਣ ਅਦਰਕ ਕੜੀ ਦੇ ਵਿੱਚ ਤੇ ਚਾਰ ਆਲੂ ਤੇ ਪੰਜ ਪਿਆਜ਼ ਤੇ ਨਮਕ ਮਿਰਚ ਮਸਾਲੇ ਉਹੀ ਜਾਣਗੇ ਆਪਣੇ ਸਾਦੇ ਤੇ ਇੱਕ ਵਿੱਚ ਪਾਵਾਂਗੇ ਆਪਾਂ ਹਿੰਗ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਕਟਿੰਗ ਕਰ ਲਵਾਂਗੇ ਬਾਕੀ ਚੀਜ਼ਾਂ ਕਟਿੰਗ ਕਰ ਲਵਾਂਗੇ ਲਸਣ ਸਿਰਫ ਮੈਂ ਇਸੇ ਤਰ੍ਹਾਂ ਰਹਿਣ ਦੂ ਕਿਉਂਕਿ ਕੜੀ ਦੇ ਵਿੱਚ ਸਾਬਤ ਲਸਣ ਬਹੁਤ ਟੇਸਟੀ ਲੱਗਦਾ ਇਹਨਾਂ ਸਾਰਿਆਂ ਨੂੰ ਆਪਾਂ ਕਟਿੰਗ ਕਰ ਲਿਆ ਹੁਣ ਲਾਉਂਦੇ ਆਪਾਂ ਤੜਕਾ ਪਹਿਲਾਂ ਆਪਾਂ ਤੜਕੇ ਵਾਸਤੇ ਕੁਕਿੰਗ ਆਇਲ ਪਾ ਲਾਂਗੇ ਕੜਛੀ ਦਾ ਵਾਰਾ ਇਹਨੂੰ ਗਰਮ ਹੋਣ ਦੇਵਾਂਗੇ ਆਪਾਂ ਤੇਲ ਆਪਣਾ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਪਾ ਦਾਂਗੇ ਹਿੰਗ ਹਿੰਗ ਜਦੋਂ ਚਟਕ ਜੇ ਫਿਰ ਪਾ ਦਾਂਗੇ ਆਪਾਂ ਮੇਥੀ ਦਾਣਾ ਜਦੋਂ ਮੇਥੀ ਦਾਣਾ ਵੀ ਥੋੜਾ ਹੋ ਜੇ ਤਾਂ ਫਿਰ ਆਪਾਂ ਪਾਵਾਂਗੇ ਵਿੱਚ ਜੀਰਾ ਜੀਰਾ ਥੋੜਾ ਜਿਹਾ ਲਾਈਟ ਗੋਲਡਨ ਜਿਹਾ ਹੋ ਗਿਆ ਫਿਰ ਆਪਾਂ ਪਾ ਦਾਂਗੇ ਧਨੀਆ ਜਦੋਂ ਥੋੜੇ ਜਿਹੇ ਸਾਰੇ ਚੀਜ਼ਾਂ ਹਲਕੀਆਂ ਜਿਹਾ ਗੋਲਡਨ ਬਰਾਊਨ ਜਿਹੀਆਂ ਹੋ ਜਾਣ ਵਿੱਚ ਪਾਵਾਂਗੇ ਅਦਰਕ ਮੈਂ ਅਦਰਕ ਤੇ ਲਸਣ ਨਾ ਕੜੀ ਦੇ ਵਿੱਚ ਥੋੜੀ ਜ਼ਿਆਦਾ ਮਾਤਰਾ ਚ ਪਾਉਣੀ ਹੁੰਦੀ ਹੈ ਕਿਉਂਕਿ ਕੜੀ ਹੁੰਦੀ ਹੈ ਵਾਈ ਉਹਦੇ ਵਾਸਤੇ ਮੈਂ ਅਦਰਕ ਤੇ ਲਸਣ ਦੀ ਮਾਤਰਾ ਥੋੜੀ ਜ਼ਿਆਦਾ ਰੱਖਦੀ ਜਦੋਂ ਆਪਣਾ ਅਦਰਕ ਵੀ ਥੋੜਾ ਜਿਹਾ ਲਾਈਟ ਗੋਲਡਨ ਜਿਹਾ ਹੋ ਗਿਆ ਵਿੱਚ ਪਾ ਦਾਂਗੇ ਆਪਾਂ ਸਾਬੁਤ ਲਸਣ ਲਸਣ ਭਾਵੇਂ ਸਾਬੁਤ ਪਾ ਲਓ ਭਾਵੇਂ ਤੁਸੀਂ ਕਟਿੰਗ ਕਰਕੇ ਪਾ ਲਓ ਪਰ ਮੈਂ ਸਾਬੁਤ ਹੀ ਪਾਉਣੀ ਹੈ ਹੁਣ ਵਿੱਚ ਪਾ ਦਾਂਗੇ ਆਪਾਂ ਥੋੜੇ ਜਿਹੇ ਪਿਆਜ਼ ਫਿਰ ਆਪਾਂ ਪਾ ਦੇਵਾਂਗੇ ਵਿੱਚ ਟਮਾਟਰ ਹਰੀ ਮਿਰਚ ਮਤਲਬ ਮੇਰੀ ਇਹ ਲਾਲ ਮਿਰਚ ਹੈ ਤਾਜ਼ੀਆਂ ਫਰੈਸ਼ ਹੀ ਹੈ ਬਾਕੀ ਆਪਾਂ ਜਿਹੜੇ ਆਲੂ ਤੇ ਪਿਆਜ਼ ਬਚਾ ਕੇ ਰੱਖ ਲਏ ਇਹ ਜਦੋਂ ਅੱਧੀ ਕੜੀ ਬਣ ਜੂਗੀ ਆਪਾਂ ਫੇਰ ਪਾਵਾਂਗੇ ਕਿਉਂਕਿ ਫਿਰ ਜੇ ਪਹਿਲਾਂ ਪਾ ਦਈਏ ਤਾਂ ਆਲੂ ਨੀਚੇ ਬਹੁਤ ਜਲਦੀ ਲੱਗਦੇ ਆ ਹੁਣ ਇਹਦੇ ਵਿੱਚ ਆਪਾਂ ਨਮਕ ਮਿਰਚ ਮਸਾਲੇ ਐਡ ਕਰ ਦਾਂਗੇ ਨਮਕ ਮਿਰਚ ਮਸਾਲਾ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ ਪਾਓ ਜਿਵੇਂ ਖਾਂਦਾ ਟੇਸਟ ਜਿਵੇਂ ਤੁਹਾਡੀ ਫੈਮਿਲੀ ਦਾ ਮੇਰੀ ਫੈਮਿਲੀ ਥੋੜਾ ਤਿੱਖਾ ਹੀ ਖਾਂਦੀ ਹੈ ਤਾਂ ਹੀ ਵਿੱਚ ਦੂਸਰੀਆਂ ਮਿਰਚਾਂ ਵੀ ਪਾਈਆਂ ਤੇ ਸਭ ਹੋਈ ਲਾਲ ਮਿਰਚ ਪਾਊਡਰ ਵੀ ਪਾਏ ਜਦੋਂ ਥੋੜਾ ਜਿਹਾ ਮਸਾਲਿਆਂ ਨੂੰ ਸੇਕ ਜਿਹਾ ਲੱਗ ਗਿਆ ਫਿਰ ਆਪਾਂ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਬੇਸਨ ਦੇ ਵਿੱਚ ਆਪਾਂ ਲੱਸੀ ਦੇ ਵਿੱਚ ਬੇਸਨ ਘੋਲ ਲਿਆ ਆਪਾਂ ਘੋਲੋ ਜਿਹੜਾ ਇੱਕ ਕਟੋਰੀ ਬੇਸਨ ਸੀ ਤੇ ਵਿੱਚ ਆਪਾਂ ਪਾ ਲਈ ਲੱਸੀ ਥੋੜੀ ਜਿਹੀ ਬਚ ਗਈ ਜਿਹੜੀ ਉਹ ਵੀ ਆਪਾਂ ਫਿਰ ਤੋਂ ਪਾ ਲਾਂਗੇ
मसाला अपना पूरी तरह भुज चुके ते जड़ी आपा कड़ी लस्सी दे विच बेसन घोलिया सी आपा ओ इहदे विच मिक्स कर दांगे। बस कढ़ाई विच मैं इत्थो तक ही बनाऊंगी, बाकी मैं इहदा मिक्स करके ता फिर मैं तौड़ी दे विच रिन्नूंगी। तड़का ला के मैं कड़ी कदे भी कड़ी ते साग मैं कदी भी ना कुकर कढ़ाई कादे विच नहीं बनाया, मैं तौड़ी दे विच ही बनानी हुन्नी आ। एक बारी इनू हम हिलाउंदे हिलाउंदे ही आपां पकावांगे, क्योंकि जदो एक बारी बेसन फुलदा है ना तां उदो फिर थल्ले लगन दा डर ज्यादा हुंदा, तां जिन्नी देर तक अपना बेसन पूरी तरह फुलदा नहीं गा उन्नी देर तक आपां इनू हिलाउंदे होए पकावांगे। फिर 15 मिंट पका के बाद दे विच आपां आलू ते प्याज बाकी दे पावांगे। जे कोई सीजनेबल सब्जियां होण तां आपां ओह वी पा सकदे आ। कड़ी अपनी ना एक बारी हुण जिवें एक उबाला आ गया, जिन्ना बेसन फुलना सी फुल चुक्या, जिन्नी का अपन हम वेखो ज्यादा संघनी है ना, तो एदे विच अपां थोड़ा जिहा पानी होर पावांगे। विच दी हिलाउंदे होए हुण अद्धे घंटे वास्ते पकावांगे, तो पर 15 मिंट पक्कन तो बाद आपां आलू ते प्याज विच पावांगे, जां कि कोई भी कोई सीजनेबल सब्जियां होण पाउणियां होण ता 15 मिंट मतलब हाफ कुक जदो होगी ओदो आपा विच मिक्स करांगे आलू ते प्याज। 15 मिंट हो गए अपनी कड़ी नूं रिज दी नूं, विच दी मैं हिलाउंदी जरूर रही सी, ता हुण आपा विच जिहड़े आलू ते प्याज है ओह मिक्स करांगे, क्योंकि कड़ी ते जिन्नी ज्यादा रिजदी है उन्नी ज्यादा टेस्टी बनदी। कड़ी दा मतलब ही हुंदा कड़ कड़ के बनना। कई नाल भी पा लैंदे इह, पर मैं नहीं इह नाल पाउंदी हुंदी आलू ते प्याज, क्योंकि फिर बाले ना थल्ले लगन लग जांदे आलू नीचे लगन लग जांदे। हुण इहनूं आपां 15 मिंट होर पकावांगे। कड़ी नूं पकदी नूं अपनी नूं हो गया हुण अद्धे घंटे तों वी थोड़ा उपर ही टाइम, ते उपरों आपां गार्निश कीता, उपरों आपां कसूरी मेथी पाई है। कोई भी आपां फ्लेवर दे सकदे आं, भावें कसूरी मेथी पा दईए भावें आपां हरा धनिया पा दईए। तां हुण इहदी आपां करांगे ਪਲੇਟਿੰਗ, ਡਿਸ਼ ਆਊਟ ਕਰਾਂਗੇ। ਕੜੀ ਬਣ ਕੇ ਆਪਣੇ ਕੋਲ ਰੈਡੀ ਹੈ, ਤਾਂ ਹੁਣ ਇਹਨੂੰ ਆਪਾਂ ਉੱਪਰ ਥੋੜਾ ਜਿਹਾ ਕਰਾਂਗੇ ਦੇਸੀ ਘਿਓ ਨਾਲ ਗਾਰਨਿਸ਼ ਕਰ ਦਾਂਗੇ, ਕਿਉਂਕਿ ਕੜੀ ਦਾ ਤੇ ਘਿਓ ਦਾ ਤਾਂ ਜ਼ਿਆਦਾ ਵਧੀਆ ਕੰਬੀਨੇਸ਼ਨ ਹੈ। ਪੰਜਾਬੀ ਸਟਾਈਲ ਕੜੀ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹਨੂੰ ਆਪਾਂ ਕਿਸੇ ਵੀ ਭਾਵੇਂ ਰੋਟੀ ਨਾਲ ਖਾਈਏ, ਭਾਵੇਂ ਆਪਾਂ ਪਰੌਂਠੇ ਨਾਲ ਖਾਈਏ, ਤੇ ਭਾਵੇਂ ਖਾਈਏ ਆਪਾਂ ਕੜੀ ਚੌਲਾਂ ਨਾਲ, ਬਹੁਤ ਵਧੀਆ ਕੜੀ ਬਣ ਕੇ ਆਪਣੇ ਕੋਲ ਰੈਡੀ ਹੈ। ਅਗਰ ਮੇਰੀ ਅੱਜ ਦੀ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ, ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਜੋ ਰੈੱਡ ਬਟਨ ਆ ਰਿਹਾ ਨੀਚੇ ਉਹਨੂੰ ਕਲਿੱਕ ਕਰਕੇ ਤਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀ ਤੁਹਾਨੂੰ ਮੇਰੀ ਅੱਜ ਦੀ ਕੜੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।